सत्या नमस्कार। सनराइज हैदराबाद से दिल्ली में राजीव गांधी इंटरनेशनल स्टेडियम हैदराबाद में मैच खेडा जाएगा जो कि इंग्लैंड के 3 बजे से इंडिया के 7:30 बजे शुरू होगा। दोनों टीमों के कैप्टन हैं मार्कम ते डेविड वार्नर। दिल्ली एक जित तो बाद आ रही है जो कि उन्होंने अपने 6वें मैच में KKR के खिलाफ ਲਈ ਸੀ ਅਤੇ ਸਨਰਾਈਜ਼ ਹੈਦਰਾਬਾਦ ਇੱਕ ਹਾਰ ਦੇ ਬਾਅਦ ਆ ਰਹੀ ਹੈ ਲੇਕਿਨ ਸਨਰਾਈਜ਼ ਹੈਦਰਾਬਾਦ ਫੇਵਰੇਟ ਮੰਨੀ ਜਾ ਰਹੀ ਹੈ ਅਤੇ ਇਹ ਦੋਨੇ ਆਪਸ ਵਿੱਚ 21 ਵਾਰ ਖੇਡ ਚੁੱਕੀ ਹਨ ਜਿਸ ਵਿੱਚ ਸਨਰਾਈਜ਼ ਹੈਦਰਾਬਾਦ 11 ਵਾਰ ਜਿੱਤੀ ਹੈ ਅਤੇ ਦਿੱਲੀ 10 ਵਾਰ ਜਿੱਤੀ ਹੈ। ਸਨਰਾਈਜ਼ ਹੈਦਰਾਬਾਦ ਦਾ 219 ਹਾਈਐਸਟ ਸਕੋਰ ਹੈ ਅਤੇ ਦਿੱਲੀ ਦਾ 207 ਹਾਈਐਸਟ ਸਕੋਰ ਹੈ। ਸਨਰਾਈਜ਼ ਹੈਦਰਾਬਾਦ ਦਾ 116 ਲੋਅਰ ਸਕੋਰ ਹੈ ਅਤੇ ਦਿੱਲੀ ਦਾ 80 ਲੋਅਰ ਸਕੋਰ ਹੈ। ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ IPL ਦੇ 67 ਮੈਚ ਖੇਡੇ ਗਏ ਹਨ ਜਿਸ ਵਿੱਚ ਪਹਿਲਾਂ ਬੈਟਿੰਗ ਕਰਦੀ ਹੋਈ ਟੀਮ 29 ਵਾਰ ਜਿੱਤੀ ਹੈ ਅਤੇ ਦੂਜੇ ਨੰਬਰ 'ਤੇ ਬੈਟਿੰਗ ਕਰਦੀ ਹੋਈ ਟੀਮ 38 ਵਾਰ ਜਿੱਤੀ ਹੈ ਅਤੇ ਹਾਈਐਸਟ ਟੋਟਲ ਜੋ ਇਸ ਗਰਾਊਂਡ 'ਤੇ ਬਣਿਆ ਹੈ ਉਹ ਹੈ 231 ਰਨ 2 ਵਿਕਟਾਂ 'ਤੇ। ਸਨਰਾਈਜ਼ ਹੈਦਰਾਬਾਦ ਨੇ RCB ਦੇ ਖਿਲਾਫ 219 ਵਿੱਚ ਬਣਾਇਆ ਸੀ। ਹਾਈਐਸਟ ਜੋ ਬਾਹਰਲੀ ਟੀਮ ਦਾ ਖਿਆ 217 ਰਨ ਬਾਏ 7 ਵਿਕਟ ਰਾਜਸਥਾਨ ਰਾਇਲ ਨੇ ਡੇਕਨ ਚਾਰਜਰ ਵਿੱਚ 2008 ਦੇ ਖਿਲਾਫ 2008 ਵਿੱਚ ਬਣਾਇਆ ਸੀ ਅਤੇ ਲੋਅ ਸਕੋਰ ਜੋ ਕਿ 80 ਹੈ ਦਿੱਲੀ ਦਾ ਉਹ ਸਨਰਾਈਜ਼ ਹੈਦਰਾਬਾਦ ਦੇ ਖਿਲਾਫ 213 ਵਿੱਚ ਹੈ ਅਤੇ ਲੋਅ ਸਕੋਰ ਡਿਫੈਂਡ ਜੋ ਕੀਤਾ ਗਿਆ ਹੈ ਗਰਾਊਂਡ ਦੇ ਉੱਤੇ ਉਹ ਹੈ 126 ਬਾਏ ਸਨਰਾਈਜ਼ ਹੈਦਰਾਬਾਦ ਵਰਸਿਜ ਪੂਨੇ ਵਰੀਅਰ 2013 ਵਿੱਚ ਅਤੇ ਇੱਥੇ ਐਵਰੇਜ ਸਕੋਰ ਜੋ ਹੁੰਦਾ ਹੈ ਉਹ 159 ਦਾ ਹੈ 159 ਦਾ ਅਤੇ ਉਸ ਤੋਂ ਬਾਅਦ ਸਨਰਾਈਜ਼ ਹੈਦਰਾਬਾਦ ਨੇ ਇੱਥੇ 47 ਮੈਚ ਖੇਡੇ ਹਨ ਜਿਸ ਵਿੱਚ ਉਹ 30 ਵਾਰ ਜਿੱਤੀ ਹੈ ਅਤੇ 16 ਵਾਰ ਹਾਰੀ ਹੈ ਅਤੇ ਇੱਕ ਮੈਚ ਟਾਈਡ ਹੋਇਆ ਸੀ ਅਤੇ ਸਨਰਾਈਜ਼ ਹੈਦਰਾਬਾਦ ਨੇ ਇੱਥੇ ਪਹਿਲੀ ਬੈਟਿੰਗ ਕਰਦੇ ਹੋਏ 13 ਮੈਚ ਜਿੱਤੇ ਹਨ ਅਤੇ ਸੈਕਿੰਡ ਬੈਟਿੰਗ ਕਰਦੇ ਹੋਏ 17 ਮੈਚ ਜਿੱਤੇ ਹਨ। ਇਸ ਗਰਾਊਂਡ ਵਿੱਚ ਸਨਰਾਈਜ਼ ਹੈਦਰਾਬਾਦ ਦਾ ਹਾਈਐਸਟ ਸਕੋਰ 231 ਰਨ ਹੈ ਅਤੇ ਲੋਅ ਸਕੋਰ 96 ਰਨ ਹੈ। ਦਿੱਲੀ ਇਸ ਗਰਾਊਂਡ ਵਿੱਚ 8 ਵਾਰ ਖੇਡੀ ਹੈ, 5 ਵਾਰ ਉਹ ਜਿੱਤੀ ਹੈ ਅਤੇ 3 ਵਾਰ ਹਾਰੀ ਹੈ ਅਤੇ ਉਹ ਪਹਿਲਾਂ ਬੈਟਿੰਗ ਕਰਦੇ ਹੋਏ ਦਿੱਲੀ ਇੱਥੇ 1 ਵਾਰ ਜਿੱਤੀ ਹੈ ਅਤੇ ਦੂਜੇ ਨੰਬਰ 'ਤੇ ਬੈਟਿੰਗ ਕਰਦੇ ਹੋਏ 4 ਵਾਰ ਜਿੱਤੀ ਹੈ। ਦਿੱਲੀ ਦਾ ਹਾਈਐਸਟ ਸਕੋਰ ਇੱਥੇ 193 ਹੈ ਅਤੇ ਲੋਅ ਸਕੋਰ ਇੱਥੇ ਇਹ 80 ਰਨ ਹੈ ਅਤੇ ਇੱਥੇ ਵੈਦਰ ਰਿਪੋਰਟ ਇਹ ਦੱਸੀ ਜਾ ਰਹੀ ਹੈ ਕਿ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਦੀ ਵੈਦਰ ਰਿਪੋਰਟ ਹੈ ਕਿ 50% ਕਲਾਉਡੀ ਹੋਏਗਾ ਅਤੇ ਥੋੜ੍ਹਾ ਫੋਰਕਾਸਟ ਰੇਨ ਲਈ ਦੱਸਿਆ ਗਿਆ ਹੈ ਕਿ ਰੇਨ ਵੀ ਆਪਣਾ ਪਾਰਟ ਪੂਰਾ ਕਰ ਸਕਦੀ ਹੈ ਇਸ ਗਰਾਊਂਡ ਵਿੱਚ ਅਤੇ ਟੈਂਪਰੇਚਰ ਇਸ ਗਰਾਊਂਡ ਦਾ 28 ਡਿਗਰੀ ਤੋਂ 30 ਡਿਗਰੀ ਤੱਕ ਦੱਸਿਆ ਗਿਆ ਹੈ ਮੈਚ ਵਿੱਚ ਅਤੇ ਇਸ ਲਈ ਵੈਦਰ ਇਸ ਅਹਿਮ ਭੂਮਿਕਾ ਨਿਭਾਏਗਾ ਕਿਉਂਕਿ ਹਿਊਮਿਡਿਟੀ ਵੀ ਹੈ ਅਤੇ ਬੋਲ ਸ਼ਾਮ ਨੂੰ ਥੋੜ੍ਹੀ ਹਿਊਮਿਡਿਟੀ ਅਤੇ ਦਿਊਰ ਫੈਕਟਰ ਹੋਣ ਕਰਕੇ ਗਿੱਲੀ ਹੋ ਜਾਊਗੀ। ਇਸ ਲਈ ਲੱਗਦਾ ਤਾਂ ਇਹੀ ਹੈ ਕਿ ਜੋ ਟੀਮ ਟੌਸ ਜਿੱਤੂਗੀ ਉਹ ਪਹਿਲਾਂ ਬੋਲ ਕਰਨ ਦਾ ਫੈਸਲਾ ਕਰੂਗੀ ਅਤੇ ਇਸ ਪਿੱਚ ਰਿਪੋਰਟ ਇੱਥੇ ਇਹ ਆ ਰਹੀ ਹੈ ਕਿ ਪਿੱਚ ਸਲੋਅ ਹੁੰਦੀ ਹੈ ਪਰ ਇੱਥੇ ਹਾਈ ਸਕੋਰ ਵੀ ਮੈਚ ਹੋ ਚੁੱਕੇ ਹਨ। ਇੱਥੇ IPL ਦਾ ਹਾਈ ਸਕੋਰ 159 ਹੈ ਅਤੇ ਲੋਅ ਸਕੋਰ 147 ਹੈ। ਜ਼ਿਆਦਾ ਟੀਮਾਂ ਟੌਸ ਜਿੱਤ ਕੇ ਇੱਥੇ ਬੋਲ ਕਰਨ ਦਾ ਹੀ ਫੈਸਲਾ ਲੈਂਦੀਆਂ ਹਨ ਪਰ 2023 ਵਿੱਚ ਇੱਥੇ ਫਸਟ ਬੈਟਿੰਗ ਕਰਨ ਵਾਲੀ 2 ਵਾਰੀ ਜਿੱਤ ਚੁੱਕੀ ਹੈ ਅਤੇ 1 ਵਾਰੀ ਸੈਕਿੰਡ ਵਾਰ ਜਿੱਤੀ ਹੈ। ਇਸ ਲਈ ਹੋ ਸਕਦਾ ਹੈ ਕਿ ਪਿੱਚ ਦਾ ਸੁਭਾਅ ਜਿਸ ਤਰ੍ਹਾਂ ਕਿ ਚੇਂਜ ਹੋ ਰਿਹਾ ਹੈ, ਹੋ ਸਕਦਾ ਹੈ ਕਿ ਟੀਮਾਂ ਵੀ ਆਪਣੇ ਫੈਸਲੇ ਵਿੱਚ ਚੇਂਜ ਕਰਕੇ ਦਿਖਾ ਲਿਆ ਕਿ ਟੌਸ ਜਿੱਤ ਕੇ ਬੈਟਿੰਗ ਕਰਨ ਦਾ ਫੈਸਲਾ ਲੈਣ ਜੋ ਕਿ ਇਸ IPL ਦੇ ਵਿੱਚ ਇਸ ਪਿੱਚ ਨੇ ਦਿਖਾ ਲਿਆ। ਬਾਕੀ ਦਿੱਲੀ ਦੀ ਜੋ ਟੀਮ ਹੈ ਉਹ ਤਾਂ ਮੈਨੂੰ ਲੱਗਦਾ ਚੇਂਜ ਨਹੀਂ ਹੋਊਗੀ ਜੋ ਕਿ ਕਲਕੱਤਾ ਖਿਲਾਫ ਖੇਡੀ ਸੀ। ਬੈਟਿੰਗ ਦੇ ਵਿੱਚ ਡੇਵਿਡ ਵਾਰਨਰ, ਪ੍ਰਿਥਵੀ ਸ਼ਾਹ ਦੀ ਫਾਰਮ ਬਹੁਤ ਮਾੜੀ ਚੱਲ ਰਹੀ ਹੈ। ਉਸ ਤੋਂ ਬਾਅਦ ਮਿਸ਼ਲ ਮਾਰਸ਼ ਤੋਂ ਬਾਅਦ ਇਹਦੇ ਵਿੱਚ ਮਨੀਸ਼ ਪਾਂਡੇ ਹੋਊਗਾ, ਅਕਸ਼ਰ ਪਟੇਲ ਅਤੇ ਖਾਨ ਸਾਹਿਬ ਅਤੇ ਲਲਿਤ ਯਾਦਵ ਅਤੇ ਬਾਅਦ ਵਿੱਚ ਬੈਟਿੰਗ ਬੋਲਿੰਗ ਦੇ ਵਿੱਚ ਤਾਂ ਇਹ ਕੁਲਦੀਪ ਯਾਦਵ ਜੀ ਇਹਨਾਂ ਦੀ ਸਪਿਨ ਦੀ ਅਗਵਾਈ ਕਰੇਗਾ ਅਤੇ ਦੇਖਣ ਵਾਲੀ ਗੱਲ ਹੈ ਕਿ ਅੰਦਰਿਕ ਕਨੋਟੀਏ ਫਾਸਟ ਬੋਲਿੰਗ, ਮੁਕੇਸ਼ ਕੁਮਾਰ ਅਤੇ ਇਸ਼ਾਨ ਸ਼ਰਮਾ ਜੋ ਕਿ ਬੁੱਢਾ ਘੋੜਾ ਵਾਪਸ ਆਇਆ ਹੈ ਉਹ ਉਸਨੇ ਵੀ ਸ਼ੋਅ ਕਰ ਦਿੱਤਾ ਕਿ ਜਿਸ ਤਰ੍ਹਾਂ ਮੋਹਿਤ ਸ਼ਰਮਾ ਨੇ ਸ਼ੋਅ ਕੀਤਾ ਕਿ ਬੰਦਾ ਕਦੀ ਬੁੜਾ ਨਹੀਂ ਹੁੰਦਾ ਅਤੇ ਇਸੇ ਤਰ੍ਹਾਂ। ਅਤੇ ਦੂਜਾ ਸਨਰਾਈਜ਼ ਹੈਦਰਾਬਾਦ ਦੀ ਟੀਮ ਲੱਗਦੀ ਮੈਨੂੰ ਚੇਂਜ ਨਹੀਂ ਹੋਣੀ, ਗਾਇਕ ਸਨਰਾਈਜ਼ ਹੈਦਰਾਬਾਦ ਦੀ ਟੀਮ ਜੋ ਹੈ ਉਹੀ ਖੇਡੂਗੀ, ਹੈਰੀ ਬਰੁੱਕ ਜੋ ਕਿ 100 ਬਣਾ ਚੁੱਕੇ ਹਨ ਅਤੇ ਉਸ ਤੋਂ ਬਾਅਦ ਅਭਿਸ਼ੇਕ ਸ਼ਰਮਾ ਜਿਸ ਨੂੰ ਇਹਨਾਂ ਨੇ ਓਪਨਿੰਗ ਕਰਾਇਆ ਸੀ ਲੇਕਿਨ ਉਹ ਮਿਡਲ ਆਰਡਰ ਵਿੱਚ ਵਧੀਆ, ਤ੍ਰਿਪਾਠੀ ਦੀ ਵੀ ਫਾਰਮ ਇਸ ਤਰ੍ਹਾਂ ਹੀ ਚੱਲਦੀ ਹੈ, ਮਾਰਕਮ ਕੈਪਟਨ, ਕਲੇਸ਼ਨ ਵੀ ਖੇਡਣਗੇ ਜੋ ਕਿ ਲਾਸਟ ਮੈਚ ਵਿੱਚ ਜਡੇਜਾ ਦੇ ਨਾਲ ਫਾਈਟ ਕਰਦੇ ਸੀ ਅਤੇ ਉਸ ਤੋਂ ਬਾਅਦ ਅਗਰਵਾਲ ਵੀ ਖੇਡੂਗਾ ਪਰ ਉਹਦੀ ਬੈਟਿੰਗ ਬਹੁਤ ਸਲੋਅ ਆ ਲੇਕਿਨ ਉਹ ਓਪਨਿੰਗ 'ਚ ਠੀਕ ਆ। ਮੈਂ ਅਤੇ ਜਾਨਸਨ ਹੋਊਗਾ, ਮੈਂ ਸੁੰਦਰ ਦੀ ਬੈਟਿੰਗ ਅਤੇ ਬੋਲਿੰਗ ਦਾ ਬਹੁਤ ਹੀ ਇਸ਼ੂ ਬਣ ਚੁੱਕਾ ਹੈ ਅਤੇ ਮਾਰਕੰਡੇ ਹੋਣਗੇ, ਭੁਵਨੇਸ਼ਵਰ ਕੁਮਾਰ ਅਤੇ ਉਮਰਾਨ ਮਲਿਕ ਅਤੇ ਮਾਈਕ ਡਗਰ ਇਹ ਸ਼ਾਇਦ ਹੋ ਸਕਦੇ ਆ ਸਟੇ ਜੋ ਪ੍ਰਭਾਵਿਤ ਟੀਮ ਬਣਦੀ ਪਈ ਹੈ ਅਤੇ ਇਹ ਦੇਖਦੇ ਹਾਂ। ਬਾਕੀ ਜੋ ਟੌਸ ਆਉਣ 'ਤੇ ਕਿਹੜੀ ਟੀਮ ਆਉਂਦੀ ਹੈ ਅਤੇ ਦੇਖਦੇ ਹਾਂ। ਸਨਰਾਈਜ਼ ਹੈਦਰਾਬਾਦ ਦਿੱਲੀ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿੱਚ ਦੋਸਤੋ ਪਲੀਜ਼ ਸਬਸਕ੍ਰਾਈਬ, ਮੈਂ ਕਹਿੰਦਾ ਥੈਂਕ ਯੂ।